ਦਾਵ ਨਾਜ਼ਰੀਨ استقبال ਹੈ ਆਪ ਸਭ ਦਾ ਨੂਰੇ ਇਲਾਹੀ ਚੈਨਲ ਵਿੱਚ ਦੋਸਤੋ ਇਸੇ ਚੈਨਲ ਤੋਂ ਪਹਿਲਾਂ ਵੀ ਇੱਕ ਖਵਾਜਾ ਸਾਹਿਬ ਜੀ ਦਾ ਇੱਕ ਕਲਮਾ ਪਾ ਚੁੱਕੇ ਹਾਂ ਪਰ ਸਤਿਕਾਰਯੋਗ ਦੋਸਤਾਂ ਦਾ ਹੁਕਮ ਹੋਇਆ ਸੀ ਕਿ ਖਵਾਜਾ ਸਾਹਿਬ ਜੀ ਦੀ ਬੰਦਗੀ ਕਰਨ ਦੇ ਲਈ ਇੱਕ ਹੋਰ ਕਲਮਾ ਅਪਲੋਡ ਕੀਤਾ ਜਾਵੇ ਸੋ ਆਪ ਸਭ ਦੇ ਹੁਕਮ ਅਨਸਾਰ ਇੱਕ ਹੋਰ ਕਲਮਾ ਲੈ ਕੇ ਹਾਜ਼ਰ ਹੋਏ ਹਾਂ ਸੁਖਵਾਜ ਖਿਦਰ ਜ਼ਿੰਦਾ ਪੀਰ ਇੱਕ ਬਹੁਤ ਵੱਡੀ ਤਾਕਤ ਹੈ ਇੱਕ ਬਹੁਤ ਵੱਡੀ ਪਾਵਰ ਹੈ ਖਵਾਜਾ ਸਾਹਿਬ ਜੀ ਤੋਂ ਬਿਨਾ ਕੋਈ ਵੀ ਕੰਮ ਪੂਰਾ ਨਹੀਂ ਹੁੰਦਾ ਅੱਜ ਜੋ ਮੈਂ ਤੁਹਾਡੇ ਲਈ ਕਲਮਾ ਲੈ ਕੇ ਆਇਆ ਹਾਂ ਤੁਸੀਂ ਇਸ ਕਲਮੇ ਨੂੰ ਖਵਾਜਾ ਸਾਹਿਬ ਜੀ ਦੀ ਬੰਦਗੀ ਦੇ ਤੌਰ ਤੇ ਪੜ ਸਕਦੇ ਹੋ ਅਤੇ ਖਵਾਜਾ ਸਾਹਿਬ ਜੀ ਦੇ ਦਰ ਕਰਦਿਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਦੋਸਤੋ ਜਿਹੜਾ ਵੀ ਇਨਸਾਨ ਇਸ ਕਲਮੇ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੇਗਾ ਜਿਹੜਾ ਵੀ ਸ਼ਖਸ ਖਵਾਜਾ ਸਾਹਿਬ ਜੀ ਦੇ ਚਰਨਾਂ ਨਾਲ ਪਿਆਰ ਕਰੇਗਾ ਤਾਂ ਖਵਾਜਾ ਸਾਹਿਬ ਜੀ ਵੀ ਉਸ ਸ਼ਖਸ ਨੂੰ ਆਪਣਾ ਇਲਾਹੀ ਨੂਰ ਬਖਸ਼ਣਗੇ ਖਵਾਜਾ ਸਾਹਿਬ ਜੀ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦੇਣਗੇ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰਨਗੇ ਆਪ ਸਭ ਦੇ ਉੱਪਰ ਖਵਾਜਾ ਸਾਹਿਬ ਜੀ ਆਪਣੀ ਰਹਿਮਤ ਕਰਨਗੇ ਕਿਉਂਕਿ ਦੋਸਤੋ ਖਵਾਜਾ ਗਰੀਬ ਨਿਵਾਜ਼ ਜੀ ਦੇ ਨਾਲ ਪ੍ਰੇਮ ਕਰਨ ਵਾਲੇ ਤਾਂ ਬਹੁਤ ਹੀ ਘੱਟ ਲੋਕ ਨੇ ਜ਼ਿਆਦਾਤਰ ਲੋਕ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਆਪਣੇ ਮਤਲਬ ਨੂੰ ਪੂਰਾ ਕਰਨ ਲਈ ਬੰਦਗੀ ਕਰਦੇ ਆ ਪਰ ਦੋਸਤੋ ਜਿਹੜੇ ਲੋਕ ਨਿਸਵਾਰਥ ਹੋ ਕੇ ਖਵਾਜਾ ਸਾਹਿਬ ਜੀ ਦੀ ਬੰਦਗੀ ਕਰਦੇ ਆ ਜਿਹੜੇ ਲੋਕ ਖਵਾਜਾ ਸਾਹਿਬ ਜੀ ਨੂੰ ਦਿਲੋਂ ਪਿਆਰ ਕਰਦੇ ਆ ਅਤੇ ਖਵਾਜਾ ਸਾਹਿਬ ਜੀ ਨੂੰ ਨਿਸਵਾਰਥ ਹੋ ਕੇ ਬਿਨਾਂ ਕਿਸੇ ਮਤਲਬ ਤੋਂ ਸੱਚੇ ਮਨ ਦੇ ਨਾਲ ਉਹਨਾਂ ਦੀ ਬੰਦਗੀ ਕਰਦੇ ਆ ਤਾਂ ਖਵਾਜਾ ਸਾਹਿਬ ਜੀ ਵੀ ਉਹਨਾਂ ਨੂੰ ਆਪਣਾ ਮਰੀਦ ਮੰਨਦੇ ਆ ਅਤੇ ਉਹਨਾਂ ਨਾਲ ਪਿਆਰ ਕਰਦੇ ਆ ਖਵਾਜਾ ਸਾਹਿਬ ਜੀ ਦੀ ਬੰਦਗੀ ਕਰਨ ਵਾਲਿਆਂ ਨੂੰ ਖਵਾਜਾ ਸਾਹਿਬ ਜੀ ਨੂੰ ਕੁਝ ਵੀ ਦੱਸਣ ਦੀ ਆਪਣਾ ਕੋਈ ਵੀ ਦੁੱਖ ਦਰਦ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਖਵਾਜਾ ਸਾਹਿਬ ਜੀ ਬਿਨਾਂ ਦੱਸੇ ਉਹਨਾਂ ਦਾ ਹਰ ਇੱਕ ਕਾਰਜ ਪੂਰਾ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਖਵਾਜਾ ਸਾਹਿਬ ਜੀ ਆਪ ਚੁਕਲਦੇ ਆ ਆਪਣੇ ਮੁਰਿਦਾਂ ਨੂੰ ਖਵਾਜਾ ਸਾਹਿਬ ਜੀ ਹਰ ਇੱਕ ਮੁਸ਼ਕਿਲ ਤੋਂ ਬਾਹਰ ਕੱਢਦੇ ਆ ਅਤੇ ਹਰ ਇੱਕ ਮੁਸੀਬਤ ਤੋਂ ਦੂਰ ਰੱਖਦੇ ਆ ਸੋ ਐਸੇ ਲਈ ਕਹਿੰਦੇ ਨੇ ਕਿ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ ਸੋ ਜਿਹੜੇ ਖਵਾਜਾ ਸਾਹਿਬ ਜੀ ਦੇ ਹੋ ਜਾਂਦੇ ਆ ਤਾਂ ਖਵਾਜਾ ਸਾਹਿਬ ਵੀ ਉਹਨਾਂ ਦੇ ਹੋ ਹੀ ਜਾਂਦੇ ਆ ਸੋ ਇਸੇ ਤਰ੍ਹਾਂ ਇਸ ਕਲਮੇ ਨੂੰ ਰੋਜ਼ ਪੜ੍ਹਨ ਦੀ ਕੋਸ਼ਿਸ਼ ਕਰਨੀ ਆ ਇਸ ਨੂੰ ਆਪਣਾ ਨਿਤਨੇਮ ਬਣਾਉਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਇਹ ਇੱਕ ਖਵਾਜਾ ਸਾਹਿਬ ਜੀ ਦੀ ਇਬਾਦਤ ਹੀ ਹੈ ਸੋ ਦੋਸਤੋ ਹੁਣ ਤੁਸੀਂ ਖਵਾਜਾ ਸਾਹਿਬ ਜੀ ਦਾ ਖਵਾਜਾ ਗਰੀਬ ਨਿਵਾਜ਼ ਜੀ ਦਾ ਇਹ ਕਲਮਾ ਸੁਣ ਲਵੋ ਅਤੇ ਨੋਟ ਕਰ ਲਵੋ ਉੱਠ ਖਵਾਜਾ ਸੁੱਤਿਆ ਉੱਠ ਕੇ ਸੁਰਤ ਸੰਭਾਲ ਟੋਪੀ ਪਹਿਨ ਸੁਲੇਮਾਨੀ ਕਰ ਖੁਦਾ ਨੂੰ ਯਾਦ ਖਵਾਜਾ ਮੱਕਾ ਖਵਾਜਾ ਰੱਤਾ ਸੋਨੇ ਦੀ ਡੰਡੀ ਚਾਂਦੀ ਦਾ ਪੱਖਾ ਲਿਆਓ ਕੁੰਜੀ ਖੋਲੋ ਬਾਰ ਦੇਖਾਂ ਸਦਾ ਹੀ ਮੈਂ ਤੁਹਾਡਾ ਦਰਬਾਰ ਸੋ ਦੋਸਤੋ ਏਸੀ ਖਵਾਜਾ ਗਰੀਬ ਨਿਵਾਸ ਜੀ ਦਾ ਕਲਮਾ ਦੋਸਤੋ ਤੁਸੀਂ ਇਸ ਕਲਮੇ ਨੂੰ ਪਾਕ ਸਾਫ ਹੋ ਕੇ ਇੱਕ ਮਨ ਚਿਤ ਹੋ ਕੇ ਸੱਚੇ ਮਨ ਦੇ ਨਾਲ ਇਸ ਕਲਮੇ ਨੂੰ ਪੜਨਾ ਹੈ ਦੋਸਤੋ ਤੁਸੀਂ ਇਸ ਕਲਮੇ ਦੀ ਰੋਜ਼ ਇੱਕ ਮਾਲਾ ਜਾਂ ਇੱਕ ਤੋਂ ਵੱਧ ਵਾਰ ਇਸ ਨੂੰ ਪੜ ਸਕਦੇ ਹੋ ਇਸ ਕਲਮੇ ਨੂੰ ਪੜਨ ਦੇ ਨਾਲ ਮਾਸ਼ਾਅੱਲਾ ਖਵਾਜਾ ਪੀਰ ਜੀ ਤੁਹਾਡੇ ਤੇ ਰਹਿਮਤ ਜ਼ਰੂਰ ਕਰਨਗੇ ਬਸ ਤੁਹਾਡਾ ਖਵਾਜਾ ਸਾਹਿਬ ਜੀ ਤੇ ਯਕੀਨ ਪੱਕਾ ਹੋਣਾ ਚਾਹੀਦਾ ਹੈ ਸੋ ਦੋਸਤੋ ਜੇਕਰ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਔਨ ਕਰਨਾ ਤਾਂ ਜੋ ਤੁਹਾਨੂੰ ਸਾਡੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਵੀ ਮਿਲ ਸਕੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਵਿੱਚ ਜੈ ਖਵਾਜਾ ਪੀਰ ਜੀ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦਾ ਰਹਾਂਗਾ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈਕਾਰਾ ਖਵਾਜਾ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ